ਡਿਪਟੀ ਕਮਿਸ਼ਨਰ ਜਲੰਧਰ ਨੇ EVM ਮਸ਼ੀਨਾਂ ਦਾ ਲੈ ਜਾਇਜ਼ਾ। 28 ਮਈ ਨੂੰ ਸ਼ਾਹਕੋਟ ਦੀਆਂ ਉਪ ਚੋਣਾਂ ਹੋਈਆਂ ਸਨ, ਜਿਸ ਦਾ ਨਤੀਜਾ ਕੱਲ੍ਹ ਆਵੇਗਾ। 236 EVM ਅਤੇ VVPAD ਮਸ਼ੀਨ, ਜੋ ਕਿ ਜਲੰਧਰ ਦੇ ਸਟੇਟ ਪਟਵਾਰਖਾਨੇ ਵਿੱਚ ਸਖ਼ਤ ਸੁਰੱਖਿਆ ਵਿੱਚ ਰੱਖ, ਜਿਸ ਨੂੰ BSF ਦੇ 50 ਜਵਾਨ ਅਤੇ ਪੰਜਾਬ ਆਰਮਡ ਫੋਰਸ ਅਤੇ CCTV ਕੈਮਰਿਆਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇਸ ਮੌਕੇ 'ਤੇ ਵਰਿੰਦਰ ਸ਼ਰਮਾ ਨੇ ਜਾਇਜ਼ਾ ਲਿਆ ਹੈ। ਕੱਲ੍ਹ 31 ਮਈ ਤੋਂ ਜਿਹੜੀ ਹੈਗੀ ਹੈ ਸ਼ਾਹਕੋਟ ਦੀ ਜ਼ਿਮਨੀ ਚੋਣ ਹੋਣੀ ਹੈ, ਉਹਦੀਆਂ ਵੋਟਾਂ ਦੀ ਗਿਣਤੀ ਹੋਣੀ ਹੈ। ਸਾਰੇ ਪ੍ਰਬੰਧ ਜਿਹੜੇ ਹੈਗੇ ਡੇਰਾ ਆਫਿਸ ਜਲੰਧਰ ਦੇ ਵਿੱਚ ਮੁਕੰਮਲ ਹੋ ਚੁੱਕੇ ਨੇ। ਕਾਊਂਟਿੰਗ ਹਾਲ ਹੈ ਜਿਹੜੀ, ਉਹਦੀ ਸਥਾਪਨਾ ਕਰ ਲਈ ਗਈ ਹੈ। ਮੈਂ ਅਤੇ CP ਸਾਹਿਬ ਨੇ ਜੁਆਇੰਟ ਇੰਸਪੈਕਸ਼ਨ ਕੀਤੀ ਹੈ। ਸੁਰੱਖਿਆ ਦੇ ਪ੍ਰਬੰਧ ਮੁਕੰਮਲ ਨੇ। 3 tier ਸੁਰੱਖਿਆ ਜਿਹੜੀ ਹੈ ਪ੍ਰੋਵਾਈਡ ਕੀਤੀ ਗਈ ਹੈ। ਜਿੰਨੇ ਵੀ ਕਾਊਂਟਿੰਗ ਏਜੰਟ ਆਉਣੇ ਆ, ਜਿੰਨਾ ਵੀ ਕਾਊਂਟਿੰਗ ਸਟਾਫ ਆਉਣਾ, ਪ੍ਰੈਸ ਆਉਣਾ, ਸਾਰਿਆਂ ਦੀ ਜਿਹੜੀ ਪਾਰਕਿੰਗ ਹੈਗੀ ਹੈ ਉਹ ਸਪੋਰਟਸ ਸਕੂਲ ਵਾਲੇ ਪਾਸੇ ਹੈਗੀ ਹੈ। ਤੋ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਪਾਸੇ ਵੀ ਆਉਣ। ਉਸ ਪਾਸੇ ਸਪੈਸ਼ਲ ਗੇਟ ਖੋਲ੍ਹਿਆ ਗਿਆ, ਔਰ ਜਿਹੜਾ ਮੇਨ DLR ਆਫਿਸ ਦਾ ਗੇਟ ਹੈਗਾ ਉਹ ਕੱਲ੍ਹ ਬੰਦ ਰਹੇਗਾ। ਜਿਹੜੀਆਂ ਮਸ਼ੀਨਾਂ ਨੇ ਉਹਨਾਂ ਨੂੰ ਪੂਰੀ ਸਿਕਿਉਰਿਟੀ ਦੇ ਵਿੱਚ ਰੱਖਿਆ। ਅੱਜ ਫਿਰ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ। ਡਬਲ ਲੋਕ ਸਿਸਟਮ ਦੇ ਵਿੱਚ 3 tier ਸਿਕਿਉਰਿਟੀ 'ਚ ਰੱਖਿਆ ਗਿਆ। ਪ੍ਰਬੰਧ ਸਾਰੇ ਮੁਕੰਮਲ ਨੇ ਅਤੇ ਤਸੱਲੀ ਬਖਸ਼ਾ।